23 तरीक न संगरूर दे विच जिमनी चोण होण जा रही है और उही संगरूर दी सीट है जिहड़ी दो बार संगरूर दे सूझवान ते इनकलाबी लोकां ने मैनू लोक सभा दे विच भेज के पूरे पंजाब दे विच इह मैसेज दित्ता सी कि पैसे नाल नहीं जित्या जा सकता, सिर्फ ते सिर्फ काम करन नाल ही जिहड़े लोक ने ਉਹ ਵਿਧਾਨ ਸਭਾ ਜਾਂ ਲੋਕ ਸਭਾ 'ਚ ਭੇਜਦੇ ਨੇ। ਸੋ ਪਿਛਲੇ ਕਈ ਦਿਨਾਂ ਤੋਂ ਮੈਂ ਵੀ ਸਾਰੇ ਸੰਗਰੂਰ ਜ਼ਿਲ੍ਹਾ ਦੇ ਪਿੰਡਾਂ 'ਚ ਜਾ ਰਿਹਾ, ਉਹੀ ਗੱਡੀ ਹੈ, ਉਹੀ ਫੁੱਲ ਨੇ, ਉਹੀ ਨਾਰੇ ਨੇ ਅਤੇ ਉਹੀ ਰਿਜ਼ਲਟ ਹੋਊਗਾ। ਇੱਕ ਆਮ ਘਰ ਦਾ ਨੌਜਵਾਨ ਗੁਰਮੇਲ ਸਿੰਘ ਜਿਹੜਾ ਕਿ ਸਰਪੰਚ ਹੈ ਘਰਾਚੋ ਪਿੰਡ ਦਾ, ਉਹ ਸਾਡਾ ਉਮੀਦਵਾਰ ਹੈ, ਬਾਕੀ ਸਾਰੇ ਧਨਾੜ ਨੇ। ਅਤੇ ਅਸੀਂ ਪਿਆਰ ਮੁਹੱਬਤ ਭਾਈਚਾਰੇ ਭਾਈਚਾਰਕ ਸਾਂਝ 'ਤੇ ਅਸੀਂ ਸਕੂਲਾਂ ਦੇ ਨਾਂ 'ਤੇ, ਅਸੀਂ ਬਹੁਤ ਵਧੀਆ ਹਸਪਤਾਲ ਮੈਡੀਕਲ ਕਾਲਜਾਂ ਦੇ ਨਾਂ 'ਤੇ, ਅਸੀਂ ਮੁਫਤ ਬਿਜਲੀ ਦੇ ਨਾਂ 'ਤੇ, ਅਸੀਂ ਰੋਜ਼ਗਾਰ ਦੇ ਨਾਂ 'ਤੇ, ਅਸੀਂ ਦੁਕਾਨਦਾਰ ਅਤੇ ਵਪਾਰੀਆਂ ਦੇ ਵਪਾਰ ਨੂੰ ਹੋਰ ਵਧਾਉਣ ਦੇ ਨਾਂ 'ਤੇ, ਖੇਤੀ ਨੂੰ ਮੁੜ ਦੁਬਾਰਾ ਲੀਹ 'ਤੇ ਲਿਆਉਣ ਦੇ ਨਾਂ 'ਤੇ ਅਤੇ ਮਜ਼ਦੂਰਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਉਣ ਦੇ ਨਾਂ 'ਤੇ ਲੜ ਰਹੇ ਹਾਂ। ਬਾਕੀ ਸਾਰੇ ਕੋਈ ਕਹਿੰਦਾ ਵੀ ਮੈਨੂੰ ਵੋਟਾਂ ਪਾਓ ਤਾਂ ਐਂ ਹੋ ਜੂਗਾ, ਉਹਨੂੰ ਵੋਟਾਂ ਪਾਓਗੇ ਤਾਂ ਐਂ ਹੋ ਜੂਗਾ, ਅਸੀਂ ਤਾਂ ਸਿਰਫ ਵਿਕਾਸ ਦੀ ਰਾਜਨੀਤੀ ਕਰਦੇ ਹਾਂ, ਪੋਜ਼ਿਟਿਵ ਰਾਜਨੀਤੀ ਕਰਦੇ। ਗੁਰਬੰਤ ਪੰਨੂ ਨੇ ਕੱਲ੍ਹ ਕਾਲੀ ਮਾਤਾ ਦੇ ਮੰਦਰ ਜਿਹੜਾ ਲਿਖਿਆ ਗਾ, ਕਈ ਵਾਰ ਉਹ ਹਿਮਾਚਲ 'ਚ ਪੰਜਾਬ 'ਚ ਖਾਲਿਸਤਾਨ ਬਾਰੇ ਲਿਖਦੇ ਨੇ, ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ? ਬਹੁਤ ਸਾਰੇ ਅਨਸਰ ਇੱਦਾਂ ਦੇ ਹੈਗੇ ਨੇ ਜਿਹੜੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇੱਕ ਗੱਲ ਮੈਂ ਪਹਿਲਾਂ ਵੀ ਕਹਿੰਦਾ, ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ, ਇੱਥੇ ਜਿਹੜਾ ਮਰਜ਼ੀ ਬੀਜ ਬੀਜ ਦਿਓ ਉਹ ਉੱਗ ਜੂਗਾ, ਪਰ ਇੱਥੇ ਨਫ਼ਰਤ ਦਾ ਬੀਜ ਨਹੀਂ ਉੱਗਦਾ। ਸੋ ਸਾਡੇ ਪੰਜਾਬੀਆਂ ਨੇ ਆਪਸ ਦੇ ਵਿੱਚ ਜੋ ਭਾਈਚਾਰਕ ਸੋਸ਼ਲ ਬੌਂਡਿੰਗ ਦਿਖਾਈ ਹੈ ਉਹ ਬਹੁਤ ਮਜ਼ਬੂਤ ਹੈ, ਉਹਨੂੰ ਕੋਈ ਐਂ ਇੱਕ ਕੰਧ 'ਤੇ ਕੁਛ ਲਿਖ ਕੇ ਤੋੜਿਆ ਨਹੀਂ ਜਾ ਸਕਦਾ। ਮਾਨ ਸਾਹਿਬ, ਕੱਲ੍ਹ ਦਿੱਲੀ ਦੀ ਸਪੈਸ਼ਲ ਸੈੱਲ ਨੇ ਦੋ ਸ਼ੂਟਰ ਫੜ ਲਏ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ। ਜੀ ਦੇਖੋ, ਬਹੁਤ ਵੱਡੇ ਪੱਧਰ 'ਤੇ ਕਾਰਵਾਈ ਚੱਲ ਰਹੀ ਹੈ 3-4 ਸਟੇਟਾਂ ਦੀ ਸਾਡੀ, ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਕੋਈ ਬਚ ਕੇ ਜਾਵੇ, ਕਿਉਂਕਿ ਇਹਨਾਂ ਨੇ ਨੈਕਸਸ ਬਣਾ ਲਿਆ 3-4 ਸਟੇਟਾਂ ਦੇ ਵਿੱਚ। ਸੋ ਅਸੀਂ ਸੈਂਟਰ ਨਾਲ ਵੀ ਮਿਲ ਕੇ ਚੱਲ ਰਹੇ ਹਾਂ, ਅਸੀਂ ਰਾਜਸਥਾਨ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹਾਂ, ਉੱਤਰਾਖੰਡ ਤੋਂ ਵੀ ਕੁਝ ਬੰਦੇ ਫੜ ਕੇ ਲਿਆਉਂਦੇ ਆ, ਹਰਿਆਣੇ ਨਾਲ ਵੀ ਮਿਲ ਕੇ ਚੱਲ ਰਹੇ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਸੁਰੱਖਿਅਤ ਰਹਿਣ, ਮੇਰੀ ਜ਼ਿੰਮੇਵਾਰੀ ਹੈ, ਔਰ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਕੰਟਰੋਲ 'ਚ ਹੈ, ਸਥਿਤੀ ਜਮ੍ਹਾਂ ਕੰਟਰੋਲ 'ਚ ਹੈ। ਬਾਕੀ ਜਿਹੜਾ ਵਿਰੋਧੀ ਪਾਰਟੀਆਂ ਨੇ ਜਿਹੜਾ ਪ੍ਰਚਾਰ ਕਰਨਾ ਹੁੰਦਾ ਉਹ ਉਹਨਾਂ ਨੂੰ ਕਰੀ ਜਾਣ, ਉਹ ਉਹਨਾਂ ਦੀ ਬਖਲਾਹਟ ਹੈ। ਹੈਂਜੀ, ਅਗਨੀਪਥ ਨੂੰ ਵਾਪਸ ਨਹੀਂ ਲੈਣਗੇ ਸਰ, ਉਹ ਕਹਿੰਦੇ ਅਸੀਂ ਇਹਨੂੰ ਲਾਗੂ ਕਰਾਂਗੇ ਜੇ ਫਾਇਦਾ ਹੋਊਗਾ ਟਰਮ ਦੇ ਵਿੱਚ। ਦੇਖੋ, ਸਾਡੇ ਤੁਸੀਂ 17 ਸਾਲ ਦੇ ਜਾਓਗੇ, 3-4 ਮਹੀਨੇ ਤੁਹਾਡੀ ਟ੍ਰੇਨਿੰਗ ਹੋ ਜੂਗੀ, ਉਹ ਤੋਂ ਬਾਅਦ 21 ਸਾਲ ਦੇ ਤੁਸੀਂ ਰਿਟਾਇਰ ਹੋ ਕੇ ਆ ਜਾਓਗੇ, ਉਸ ਤੋਂ ਬਾਅਦ ਤੁਸੀਂ ਕੀ ਕਰੋਗੇ? ਕੰਪਨੀਆਂ ਦੇ ਵਿੱਚ ਜੋਬ ਕਰ ਸਕਦੇ? ਮਤਲਬ ਫਿਰ ਫੌਜ ਦਾ ਮਤਲਬ ਕਿਰਾਏ 'ਤੇ ਕਰ ਲਈ ਤੁਸੀਂ? ਤੁਸੀਂ ਫੌਜ ਦਾ ਮਨੋਬਲ ਦੇਖੋਗੇ ਕਿ ਬਸ 3-4 ਸਾਲ ਹਾਂ ਅਤੇ 3-4 ਮਹੀਨੇ ਦੀ ਟ੍ਰੇਨਿੰਗ ਜਿਹੜੀ ਹੈ ਉਹ ਕਾਫੀ ਨਹੀਂ ਹੈਗੀ। ਜੇ ਤੁਸੀਂ ਉਹਨਾਂ ਨਾਲ ਚਾਈਨਾ ਨਾਲ ਅਤੇ ਪਾਕਿਸਤਾਨ ਨਾਲ ਲੜਨਾ, ਜਿਹੜੇ ਬਹੁਤ ਜਿਨ੍ਹਾਂ ਨੇ ਟੈਕਨੋਲੋਜੀ ਆਪਦੀ ਜਿਹੜੀ ਡਿਫੈਂਸ ਦੀ ਅਪਡੇਟ ਕਰ ਰੱਖੀ ਹੈ, ਉਹਨਾਂ ਨਾਲ ਤੁਸੀਂ ਕਿਵੇਂ ਲੜ ਸਕੋਗੇ? ਅਤੇ ਮੁੜ ਕੇ 21 ਤੋਂ ਬਾਅਦ ਫੌਜ ਦੇ ਬਾਰੇ ਬੋਲ ਰਹੇ ਹਾਂ, 21 ਸਾਲ ਦੇ ਤੁਸੀਂ ਸਾਬਕਾ ਸੈਨਿਕਾਂ ਹੋ, ਔਰ ਸਾਬਕਾ ਸੈਨਿਕ ਵੀ ਨਹੀਂ ਲਿਖ ਸਕਦੇ ਤੁਸੀਂ, ਤੁਹਾਨੂੰ 1 ਸਾਲ 'ਚ ਸਿਰਫ 30 ਛੁੱਟੀਆਂ ਮਿਲਣਗੀਆਂ, ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਸਾਰੇ ਬਰਾਬਰ ਨੇ ਜੀ? ਸੋ ਇਹ ਤਾਂ ਮਤਲਬ ਬਹੁਤ ਗਲਤ ਹੈ, ਅਗਨੀਪਥ ਦਾ ਜਿਹੜਾ ਕਾਨੂੰਨ ਹੈ ਵਾਪਸ ਲੈ। ਸ਼ਹੀਦ ਭਗਤ ਸਿੰਘ ਨੂੰ ਤੁਸੀਂ ਆਈਡਲ ਮੰਨਦੇ ਹੋ, ਤੁਹਾਡੀ ਪਾਰਟੀ ਆਈਡਲ ਮੰਨਦੀ ਹੈ, ਪਰ ਦੂਸਰੇ ਲੀਡਰ ਉਹ ਕੁਝ ਬਿਆਨ ਦਿੰਦੇ ਨੇ, ਅੱਤਵਾਦੀ ਵੀ ਕਹਿੰਦੇ ਨੇ। ਜੇ ਸ਼ਹੀਦ ਭਗਤ ਸਿੰਘ 'ਤੇ ਕੋਈ ਸਵਾਲ ਉਠਾਉਂਦਾ ਤਾਂ ਮੇਰੇ ਖਿਆਲ 'ਚ ਇਹ ਤੋਂ ਵੱਧ ਤਾਂ ਕੋਈ ਸ਼ਰਮਨਾਕ ਗੱਲ ਹੋ ਨਹੀਂ ਸਕਦੀ ਕਿ ਦੇਖੋ, ਉਹਨਾਂ ਨੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਆਪਣੇ ਘਰ ਬਾਰ ਛੱਡੇ, ਜਾਨਾਂ ਵਾਰੀਆਂ, ਅਤੇ ਅੱਜ ਅਸੀਂ ਉਹਨਾਂ ਦੀਆਂ ਕੁਰਬਾਨੀਆਂ 'ਤੇ ਜਿਹੜਾ ਕੁਸ਼ਚਨ ਉਠਾਵਾਂਗੇ। ਸੋ ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ ਸੁਖਦੇਵ, ਸ਼੍ਰੀ ਊਧਮ ਸਿੰਘ, ਇਹਨਾਂ ਦਾ ਤਾਂ ਦੇਣ ਹੀ ਨਹੀਂ ਦੇ ਸਕਦਾ ਕੋਈ, ਇਹਨਾਂ ਦਾ ਕੋਈ ਮਤਲਬ ਜਿਨ੍ਹਾਂ ਕਰਕੇ ਅਸੀਂ ਅੱਜ ਮੁੱਖ ਮੰਤਰੀ ਹਾਂ, ਜਿਨ੍ਹਾਂ ਕਰਕੇ ਅਸੀਂ MP ਬਣਦੇ ਹਾਂ, MLA ਬਣਦੇ ਹਾਂ, ਪ੍ਰਧਾਨ ਮੰਤਰੀ ਬਣਦੇ ਹਾਂ, ਉਹਨਾਂ ਬਾਰੇ ਸਵਾਲ ਉਠਾਉਣਾ ਤਾਂ ਸ਼ਰਮਨਾਕ। BJP ਪਾਰਟੀ ਦੇ ਕਈ ਲੀਡਰ ਜੁਆਇਨ ਕਰ ਰਹੇ ਨੇ, ਕਹਿੰਦੇ ਵਰਕਰਾਂ ਨੂੰ ਪੁੱਛਿਆ ਨਹੀਂ ਗਿਆ, ਸਾਡੇ 'ਤੇ ਲੀਡਰ ਥੋਪੇ ਜਾ ਰਹੇ ਨੇ ਦੂਜੀ ਪਾਰਟੀਆਂ 'ਚੋਂ। ਦੇਖੋ, BJP ਜਿਹੜੀ ਹੈ ਉਹ ਤਾਂ ਜਿਹੜੀ ਹੈ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰਦੀ ਹੈ, ਤੋੜ ਦਿਆਂਗੇ ਜੀ, ਮੋੜ ਦਿਆਂਗੇ ਜੀ। ਸੋ ਅਸੀਂ ਤਾਂ ਸੈਕੂਲਰ ਪਾਰਟੀ ਹੈ, ਅਸੀਂ ਤਾਂ ਸਾਰੇ ਧਰਮਾਂ ਨੂੰ
ਇਕੱਠੇ ਲੈ ਕੇ ਚੱਲ। ਸੁਖਵੀਰ ਬਾਦਲ ਦੇ ਬਿਆਨ ਨੂੰ ਕੀ ਕਹਿੰਦੇ ਹੋ ਤੁਸੀਂ? ਸੁਖ ਵਿਲਾਸ ਦੇ ਸਵਾਲ ਖੜੇ ਕੀਤੇ ਸੀ ਸਰ, ਉਹ ਕਹਿੰਦੇ ਫੇਲ ਹੋ ਰਹੀ ਹੈ, ਮੰਡੀਆਂ 'ਚ ਮੂੰਗੀ ਨਹੀਂ ਵਿਕ ਰਹੀ। ਮੂੰਗੀ ਵਿਕ ਰਹੀ ਹੈ ਜੀ, ਮੂੰਗੀ ਵਿਕ ਰਹੀ ਹੈ। ਥੋੜ੍ਹਾ ਜਿਹਾ ਆੜ੍ਹਤੀਆਂ ਦਾ ਕੰਸਰਨ ਸੀ, ਉਹ ਵੀ ਪੂਰਾ ਹੋ ਗਿਆ। 1.25 ਲੱਖ ਏਕੜ ਦੇ ਵਿੱਚ ਮੂੰਗੀ ਬੀਜੀ ਗਈ ਹੈ ਔਰ ਕਾਮਯਾਬ ਹੈ। ਅਗਲੀ ਵਾਰ ਹੋਰ ਵਧਾ ਸਕਦੇ।